ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਫਿਜ਼ੀਕਲ ਐਜੂਕੇਸ਼ਨ ਸਮੈਸਟਰ ਸੈਕਿੰਡ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਲੈ ਕੇ ਆਇਆ 2022 ਦਾ ਅਤੇ 2019 ਔਰ 18 ਵਾਲਾ। ਠੀਕ ਹੈ, ਤਿੰਨ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਕਰਾਂਗੇ ਆਪਾਂ ਅਤੇ ਬਾਕੀ ਸਿਲੇਬਸ ਤੁਹਾਡਾ ਮੈਂ ਅਪਲੋਡ ਕਰ ਦਿੱਤਾ ਗਿਆ, ਤੁਸੀਂ ਵਾਚ ਕਰ ਸਕਦੇ ਹੋ। ਬਾਕੀ ਜਿਹੜੇ ਕਿ ਤੁਹਾਡਾ ਸਿਲੇਬਸ ਅਪਲੋਡ ਕਰ ਦਿੱਤਾ ਗਿਆ, ਤੁਸੀਂ ਵਾਚ ਕਰ ਸਕਦੇ ਵੀ ਕਿਹੜਾ ਕਿਹੜਾ ਚੈਪਟਰ ਆ, ਕਿਹੜੇ ਕਿਹੜੇ ਯੂਨਿਟ ਦੇ ਵਿੱਚ ਆਉਂਦਾ। ਸੋ ਉਹਦੇ ਵਿੱਚ ਇਹ ਵੀ ਸਮਝਾਇਆ ਤੁਹਾਨੂੰ ਕਿ ਤੁਸੀਂ ਕੋਈ ਦੋ ਯੂਨਿਟ ਕਰ ਲਓ ਐਨ ਚੰਗੇ ਢੰਗ ਦੇ ਨਾਲ ਅਤੇ ਸ਼ੋਰਟ ਸਾਰੇ ਕੁਐਸਚਨ ਕਰ ਲਓ ਸਾਰੇ ਯੂਨਿਟਸ ਦੇ। ਹਾਂਜੀ, ਤੁਸੀਂ ਦੇਖ ਸਕਦੇ ਹੋ ਸ਼ੋਰਟ ਸਟੂਡੈਂਟਸ ਦੇ ਪੇਪਰ 80 ਮਾਰਕਸ ਦਾ ਹੀ ਆ। ਓਕੇ, ਹਾਂਜੀ, ਕੁਐਸਚਨ ਹੈ ਭਾਰ ਸਿਖਲਾਈ ਦੇ ਲਾਭ ਲਿਖੋ, ਇੰਗਲਿਸ਼ ਵਰਜ਼ਨ ਦੇ ਵਿੱਚ ਵੀ। ਓਕੇ, ਤੁਸੀਂ ਦੋਨੋਂ ਮੀਡੀਅਮ ਚਾਹੇ। ਅੱਗੇ ਹੈਗਾ ਕ੍ਰੈਚਮਰ ਅਨੁਸਾਰ ਸਰੀਰ ਦੀਆਂ ਕਿਸਮਾਂ, ਪਹਿਲਾਂ ਸ਼ੋਰਟ ਕੁਐਸਚਨ ਇਹ 10। ਹਾਂਜੀ, ਅੱਗੇ ਹੈ ਪ੍ਰਤੀਕਿਰਿਆ ਤੋਂ ਕੀ ਭਾਵ ਹੈ। ਫੋਰਥ ਹੈਗਾ ਪਸਲੀਆਂ ਦੇ ਪਿੰਜਰੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ। ਫਿਫਥ ਹੈਗਾ ਚੱਲ ਜੋੜ ਕੀ ਹੁੰਦੇ ਨੇ, ਅਤੇ ਉਸ ਤੋਂ ਬਾਅਦ ਹੈਗਾ IAAF ਦੁਆਰਾ ਕਿਹੜੇ ਮੁਕਾਬਲੇ ਕਰਵਾਏ ਜਾਂਦੇ ਨੇ, ਨਸ਼ਾਖੋਰੀ ਦੇ ਲੱਛਣ, ਗਰਮਿਆਉਣ ਦੀਆਂ ਕਿਸਮਾਂ, ਮਰਦਾਂ ਦੇ ਬਾਸਕਟਬਾਲ ਦੇ ਮੁੱਖ ਮੁਕਾਬਲੇ ਅਰਜੁਨ ਅਵਾਰਡ ਕਿਸ ਨੂੰ ਦਿੱਤਾ ਜਾਂਦਾ। ਪਾਰਟ ਬੀ ਦੇ ਵਿੱਚ ਹੈਗੇ ਨੇ ਜਿਹੜੇ ਤੁਹਾਡੇ ਲੌਂਗ ਕੁਐਸਚਨ ਨੇ 15-15 ਮਾਰਕਸ ਦੇ। ਸ਼ੈਲਡਨ ਦੇ ਅਨੁਸਾਰ ਸਰੀਰ ਦੀਆਂ ਕਿਸਮਾਂ ਦਾ ਵਰਗੀਕਰਨ ਦੀ ਵਿਆਖਿਆ, ਬੱਚਿਆਂ ਲਈ ਕਸਰਤਾਂ ਦੇ ਕੀ ਲਾਭ ਨੇ, ਅਤੇ ਸੈਕਸ਼ਨ ਸੀ ਦੇ ਵਿੱਚ ਆਈਸੋਟੋਨਿਕ, ਆਈਸੋਮੀਟ੍ਰਿਕ ਅਤੇ ਆਈਸੋਕਾਈਨੈਟਿਕ ਸੁੰਗੜਾਂ ਦੀਆਂ ਵਿਆਖਿਆ ਕਰਨੀਆਂ ਨੇ, ਸੁੰਗੜਾਂ ਦੀਆਂ ਵਿਆਖਿਆ। ਫਿਫਥ ਹੈਗਾ ਜੋੜਾਂ ਦੀਆਂ ਹਰਕਤਾਂ ਦੀਆਂ ਕਿਸਮਾਂ ਦੀ ਚਿੱਤਰਾਂ ਦੇ ਨਾਲ ਵਿਆਖਿਆ ਕਰਨੀਆਂ, ਡਾਇਗਰਾਮਸ ਬਣਾਉਣੇ ਨੇ। ਸੈਕਸ਼ਨ ਡੀ ਦੇ ਵਿੱਚ ਹੈਗਾ SAI ਸਪੋਰਟਸ ਅਥਾਰਟੀ ਆਫ ਇੰਡੀਆ, ਭਾਰਤੀ ਖੇਡ ਅਥਾਰਟੀ ਦੀ ਵਿਆਖਿਆ, ਡੋਪਿੰਗ ਦੀਆਂ ਕਿਸਮਾਂ। ਸੈਕਸ਼ਨ ਈ ਦੇ ਵਿੱਚ ਹੈ ਹਾਕੀ ਦੇ ਗਰਾਊਂਡ ਦਾ ਡਾਇਗਰਾਮ ਬਣਾਉਣੀ ਅਤੇ ਵਿਆਖਿਆ, ਮਾਕਾ ਟਰਾਫੀ ਨੂੰ ਵਿਸਥਾਰ ਦੇ ਵਿੱਚ ਲਿਖਣਾ। ਅੱਗੇ ਹੈਗਾ 2018 ਔਰ 19 ਦੇ ਕੁਐਸਚਨ ਲਿਖ ਕੇ ਮੈਂ ਤੁਹਾਨੂੰ ਕਰਵਾ ਰਹੀ ਹਾਂ। ਠੀਕ ਹੈ, ਜਿਵੇਂ 19 ਦੇ ਵਿੱਚ ਆਇਆ ਹੋਇਆ ਹੈਪੇਟਾਈਟਸ ਏ ਅਤੇ ਬੀ ਦੇ ਕਾਰਨ, ਲੱਛਣ ਅਤੇ ਰੋਕਥਾਮ ਦੀ ਵਿਆਖਿਆ ਕਰਨੀ ਆ। ਵੇਟ ਟ੍ਰੇਨਿੰਗ ਤੋਂ ਕੀ ਭਾਵ ਹੈ ਬੱਚਿਆਂ ਲਈ, ਇਹਦੇ ਕੀ ਲਾਭ ਅਤੇ ਹਾਨੀਆਂ ਨੇ। ਅਤੇ ਅੱਗੇ ਹੈਗਾ ਬੋਡੀ ਟਾਈਪ ਤੋਂ ਕੀ ਭਾਵ ਹੈ, ਇਸ ਬਾਰੇ ਕ੍ਰੈਚਰ ਦੇ ਵਰਗੀਕਰਨ ਦੀ ਵਿਸਥਾਰ ਨਾਲ ਵਿਆਖਿਆ, 2018 ਦੇ ਵਿੱਚ ਆਇਆ ਹੋਇਆ। ਅਤੇ ਜਿਗਰ ਦੀ ਸੋਜ ਕੀ ਹੈ, ਹੈਪੇਟਾਈਟਸ ਏ ਦੇ ਇਲਾਜ ਲਿਖਣੇ ਨੇ। ਅਤੇ ਯੂਨਿਟ ਸੈਕਿੰਡ ਦੇ ਵਿੱਚ ਮਨੁੱਖੀ ਸਰੀਰ ਦੇ ਵੱਖ ਵੱਖ ਜੋੜਾਂ ਦਾ ਵਰਣਨ ਕਰਨਾ, ਐਕਸੀਅਲ ਪਿੰਜਰ ਦੀਆਂ ਹੱਡੀਆਂ ਬਾਰੇ ਜਾਣਕਾਰੀ ਦੇਣੀ ਆ। 2018 ਦੇ ਵਿੱਚ ਆਈਸੋਮੀਟ੍ਰਿਕ, ਆਈਸੋਟੋਨਿਕ, ਰਿਫਲੈਕਸ ਐਕਸ਼ਨ, ਅੱਗੇ ਜੋੜ ਕੀ ਨੇ, ਜੁਆਇੰਟਸ, ਮਨੁੱਖੀ ਸਰੀਰ ਦੇ ਵੱਖ ਵੱਖ ਜੋੜਾਂ ਦੇ ਵਰਗੀਕਰਨ। ਅਤੇ ਸੈਕਸ਼ਨ ਯੂਨਿਟ ਥਰਡ ਦੇ ਵਿੱਚ ਆਇਆ ਡੋਪਿੰਗ ਦੇ ਪ੍ਰਭਾਵ ਅਤੇ ਇਹਦੇ ਢੰਗ। ਅੱਗੇ ਹੈਗਾ NSNIS ਬਾਰੇ ਵਿਸਥਾਰ ਦੇ ਵਿੱਚ ਵਰਣਨ ਕਰਨਾ, ਸਪੋਰਟਸ ਅਥਾਰਟੀ ਆਫ ਇੰਡੀਆ 'ਤੇ ਨੋਟ ਲਿਖਣਾ, ਅਤੇ ਡੋਪਿੰਗ ਤੋਂ ਕੀ ਭਾਵ ਇਸ ਦੀਆਂ ਕਿਸਮਾਂ ਅਤੇ ਮਨਾਹੀਆਂ ਬਾਰੇ ਲਿਖਣਾ। ਅੱਗੇ ਹੈਗਾ ਯੂਨਿਟ ਫੋਰਥ ਦੇ ਵਿੱਚ ਲੰਬੀ ਛਾਲ ਅਤੇ ਪਿੱਟ ਅਤੇ ਰਨਵੇ ਦੇ ਡਾਇਗਰਾਮ ਬਣਾਉਣੀ ਹੈ, ਲੰਬੀ ਛਾਲ ਦੇ ਪਿੱਟ ਅਤੇ ਰਨਵੇ ਦਾ ਡਾਇਗਰਾਮ। ਅੱਗੇ ਹੈ ਹਾਕੀ ਦੇ ਗਰਾਊਂਡ ਦਾ ਡਾਇਗਰਾਮ ਬਣਾਉਣੀ ਹੈ ਅਤੇ ਨਿਯਮ ਲਿਖਣੇ ਨੇ, ਹਾਕੀ ਦੇ ਖੇਡ ਦੇ ਇਤਿਹਾਸ, ਆਮ ਨਿਯਮ ਅਤੇ ਇਹਦੇ ਵਿਨਿਯਮ, ਅਰਜੁਨ ਪੁਰਸਕਾਰ।
ਅਤੇ ਨੈਕਸਟ ਸ਼ੋਰਟ ਕੁਸ਼ਚਨ ਹੈ, ਸ਼ੈਲਡਨ ਦੀਆਂ ਸਰੀਰਕ ਕਿਸਮਾਂ ਹੈਜੇ ਤੋਂ ਕੀ ਭਾਵ, ਆਈਸੋਟੋਨਿਕ ਕਸਰਤਾਂ ਕੀ ਨੇ ਹੱਡੀਆਂ ਦੀਆਂ ਕਿਸਮਾਂ, ਜੋੜ ਤੋਂ ਕੀ ਭਾਵ, ਓਵਰਲੋਡ ਨੂੰ ਪ੍ਰਭਾਸ਼ਿਤ ਕਰਨਾ, ਡਰੱਗਸ ਬਾਰੇ ਲਿਖਣਾ, ਅਤੇ ਅੱਗੇ ਹੈਗਾ ਸਰੀਰ ਨੂੰ ਠੰਡਾ ਕਰਨ ਤੋਂ ਕੀ ਭਾਵ, ਬਾਸਕਿਟਬਾਲ ਦੇ 2 ਅਰਜੁਨ ਅਵਾਰਡ ਜੇਤੂਆਂ ਨਾਂ ਲਿਖਣੇ ਨੇ, ਅਤੇ ਮਾਕਾ ਟਰਾਫੀ ਬਾਰੇ ਲਿਖਣਾ। ਅੱਗੇ ਹੈਗਾ ਭਾਰ ਸਿਖਲਾਈ ਦੇ ਕੋਈ 2 ਲਾਭ, ਹੈਜੇ ਦੀਆਂ ਕੋਈ 2 ਨਿਸ਼ਾਨੀਆਂ, ਸਿਮਟਮਸ, ਖੇਡਾਂ ਵਿੱਚ ਵਾਧੂ ਭਾਰ ਓਵਰਲੋਡ ਤੋਂ ਕੀ ਭਾਵ ਆ, IOA ਦਾ ਪੂਰਾ ਨਾਂ, ਬਾਡੀ ਦੀਆਂ 2 ਕਿਸਮਾਂ, ਨਸ਼ੀਲੀਆਂ ਦਵਾਈਆਂ ਦੇ ਕੋਈ 2 ਹਾਨੀਕਾਰ ਪ੍ਰਭਾਵ, NSNIS ਦਾ ਪੂਰਾ ਨਾਂ, ਲੰਬੀ ਛਾਲ ਦੀਆਂ ਕੋਈ 2 ਤਕਨੀਕਾਂ, ਹਾਕੀ ਦੇ ਕਿਸੇ 2 ਅਰਜੁਨ ਅਵਾਰਡ ਜੇਤੂਆਂ ਨਾਂ, ਜੋੜਾਂ ਦੀਆਂ ਹਰਕਤਾਂ ਦੀਆਂ 2 ਕਿਸਮਾਂ। ਥੈਂਕਸ। Yeah.